ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ, ਬਚੇਗੀ, ਇੱਕ ਦਿਨ ਖੂਨ ਬਣੇਗੀ। ਗੁਰਬਾਣੀ ਕੰਨਾਂ ਦੇ ਰਾਹੀਂ ਅੰਦਰ ਜਾਏਗੀ ਮਨ ਦੇ ਚ, ਮਨ ਨੂੰ ਜੋਤ ਸਰੂਪ ਬਣਾ ਦੇਗੀ, ਪਰਮਾਤਮਾ ਦਾ ਰੂਪ ਬਣਾ ਦੇਗੀ, ਅਧਿਆਤਮਕ ਬਲ ਦੀ ਪ੍ਰਾਪਤੀ ਹੋ ਜਾਏਗੀ। ਸੁਣੀ ਨਹੀਂ ਗਈ ਬਾਣੀ, ਬਾਣੀ ਅੰਦਰ ਹੀ ਨਹੀਂ ਗਈ, ਅੰਦਰ ਦੀ ਦੁਨੀਆ ਨਹੀਂ ਬਦਲੇਗੀ, ਨਹੀਂ ਬਦਲੇਗੀ। ਇਸ ਵਾਸਤੇ ਮੈਂ ਦੇਖਿਆ ਹੈ 50-50 ਸਾਲ ਤੋਂ ਵੀ ਜਿਹੜੇ ਗੁਰਦੁਆਰੇ ਆ ਰਹੇ ਨੇ, ਕੁਛ ਸੱਜਣਾ ਨੂੰ ਮੈਂ ਜਾਣਦਾ, ਉਹਨਾਂ ਦੀ ਜ਼ਿੰਦਗੀ ਨਹੀਂ ਬਦਲੀ, ਕਿਉਂਕਿ ਨਹੀਂ ਸੁਣਿਆ, ਨਹੀਂ ਸੁਣਿਆ। ਗਾਵੀਏ, ਸੁਣੀਏ, ਮਨ ਰੱਖੀਏ, ਗਾ ਰਿਹਾ ਤੇ ਸੁਣ, ਨਹੀਂ ਗਾ ਰਿਹਾ ਜੋ ਕੋਈ ਵੀ ਗਾ ਰਿਹਾ ਸੁਣ। ਸੁਣਨਾ ਬਹੁਤ ਔਖਾ, ਬਹੁਤ ਔਖਾ, ਪੂਰੀ ਇਕਾਗਰਤਾ ਚਾਹੀਦੀ, ਪੂਰਾ ਟਿਕਾਓ ਚਾਹੀਦਾ, ਤਾਂ ਸੁਣ ਸਕੇਗਾ।